ਹਾਂਜੀ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਦੋਸਤੋ ਲੈ ਕੇ ਆਏ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਵੈਰੀ ਵੈਰੀ ਇੰਪੋਰਟੈਂਟ MCQ ਨੇ ਸਾਈਕੋਲੋਜੀ ਦੇ ਨਾਲ ਸੰਬੰਧਿਤ ਅੰਗਣਵਾੜੀ ਸੁਪਰਵਾਈਜ਼ਰ ਐਨਟੀਟੀ 8393 ਪੀਐਸਟੈਟ ਸੀਟਾ ਟੱਚ ਟੈਟ ਇਹਨਾਂ ਵਿਦਿਆਰਥੀਆਂ ਵਾਸਤੇ ਵੀਡੀਓ ਵੈਰੀ ਵੈਰੀ ਇੰਪੋਰਟੈਂਟ ਹੋਵੇਗੀ ਸੋ ਬਾਲ ਵਿਕਾਸ ਦੇ ਨਾਲ ਗਰੋਥ ਐਂਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਪ੍ਰਸ਼ਨ ਹੋਣਗੇ ਸੋ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਬੈਲ ਆਈਕਨ ਵਾਲਿਓ ਤਾਂ ਜੋ ਆਪਣੇ ਚੈਨਲ ਤੇ ਜਿਹੜੀ ਵੀ ਵੀਡੀਓ ਅਪਡੇਟ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਨਾ ਤੁਹਾਡੀ ਮਰਜ਼ੀ ਆ ਕਰਿਓ ਨਾ ਕਰਿਓ ਪਰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਦਾ ਜਿਹੜਾ ਲਾਭ ਹੈ ਉਹ ਪਹੁੰਚ ਸਕੇ ਪਹਿਲਾ ਪ੍ਰਸ਼ਨ ਦੇਖਦੇ ਹਾਂ ਬੱਚੇ ਦਾ ਮਾਨ ਇੱਕ ਅਧਿਆਪਕ ਦਾ ਪਾਠ ਹੈ ਇਹ ਕਿਸ ਨੇ ਕਿਹਾ ਬਹਿਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਡੈਫੀਨੇਸ਼ਨ ਕਿਹਨੇ ਦਿੱਤੀ ਸੀ ਬੱਚੇ ਦਾ ਮਾਨ ਹੈ ਜਿਹੜਾ ਉਹ ਅਧਿਆਪਕ ਦਾ ਪਾਠ ਹੈ ਇਹ ਕਿਹੜੇ ਨੇ ਕਿਹਨੇ ਕਿਹਾ ਸੀ ਕਿਹੜੇ ਵਿਗਿਆਨੀ ਨੇ ਕਿਹਾ ਸੀ ਫਰੀਅਰ ਨੇ ਕਿਹਾ ਸੀ ਰੂਸੋ ਨੇ ਥਾਨਡਾਇਕ ਨੇ ਜਾਂ ਗਿਲਫੋਰਡ ਨੇ ਸੋ ਦੋਸਤੋ ਆਪਣੇ ਪੱਧਰ ਤੇ ਵੀ ਤੁਸੀਂ ਪ੍ਰਸ਼ਨਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰਨੀ ਹੈ ਆਪਸ਼ਨ ਨੰਬਰ 2 ਸਹੀ ਹੈ ਰੂਸੋ ਨੇ ਇਹ ਗੱਲ ਕਹੀ ਸੀ ਜੀ ਪ੍ਰਕਿਰਤੀਵਾਦੀ ਸੀਗਾ ਰੂਸੋ ਇਹ ਗੱਲ ਯਾਦ ਰੱਖਿਓ ਬੱਚੇ ਦਾ ਮਨ ਅਧਿਆਪਕ ਦਾ ਪਾਠ ਹੈ ਅਗਲਾ ਪ੍ਰਸ਼ਨ ਦੋਸਤੋ ਖੇਡਣ ਦੇ ਦੌਰਾਨ ਇੱਕ ਬੱਚਾ ਆਪਣੇ ਸੁਭਾਅ ਦਾ ਖੁੱਲ੍ਹਾ ਪ੍ਰਗਟਾ ਕਰਦਾ ਹੈ। ਹੇਠ ਲਿਖੀਆਂ ਆਪਸ਼ਨਾਂ ਦੇ ਵਿੱਚੋਂ ਆਪਾਂ ਖਾਲੀ ਥਾਂ ਭਰਨੀ ਹੈ ਵੀ ਖੇਡਣ ਦੇ ਦੌਰਾਨ ਜਦੋਂ ਬੱਚਾ ਖੇਡ ਰਿਹਾ ਹੈ ਉਸ ਸਮੇਂ ਇੱਕ ਬੱਚਾ ਆਪਣੇ ਸੁਭਾਅ ਦਾ ਖੁੱਲ੍ਹਾ ਪ੍ਰਗਟਾ ਕਰਦਾ ਹੈ ਆਦਤਾਂ ਦਾ, ਦੋਸਤਾਂ ਦਾ, ਕੁਦਰਤੀ ਚਿਹਰੇ ਦਾ। ਸੋ ਆਪਸ਼ਨ ਨੰਬਰ 3 ਸਹੀ ਹੈ ਜੀ। ਖੇਡਣ ਦੇ ਦੌਰਾਨ ਇੱਕ ਬੱਚਾ ਆਪਣੇ ਕੁਦਰਤੀ ਸੁਭਾਅ ਦਾ ਖੁੱਲ੍ਹਾ ਪ੍ਰਗਟਾ ਕਰਦਾ ਹੈ। অপশন নাম্বার 3 ਸਹੀ ਹੈ ਜੀ। ਅਗਲਾ ਪ੍ਰਸ਼ਨ ਜੀ 3 ਨੰਬਰ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਵਾਦਿਕ ਅਪੰਗਤਾ ਦੀ ਇੱਕ ਉਦਾਹਰਨ ਹੈ? ਸੋਹੇ ਡਿਸਆਰਡਰ ਨਾਲ ਸੰਬੰਧਿਤ ਆਪਣੀ ਇੱਕ ਵੀਡੀਓ ਸਪੈਸ਼ਲ ਡਿਸਆਰਡਰ ਦੇ ਨਾਲ ਸੰਬੰਧਿਤ ਹੈਗੀ ਆਪਣੇ ਚੈਨਲ ਤੇ ਅਪਡੇਟ ਕੀਤੀ ਹੋਈ ਹੈ। ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇੱਕ ਪ੍ਰਸ਼ਨ ਇਹਦੇ ਵਿੱਚੋਂ ਜ਼ਰੂਰ ਆ ਜਾਂਦਾ ਹੁੰਦਾ ਬਿਮਾਰੀਆਂ ਦੇ ਵਿੱਚੋਂ ਡਿਸਆਰਡਰ ਦੇ ਵਿੱਚੋਂ। ਹੇਰ ਲਿਖਿਆਂ ਵਿੱਚੋਂ ਕਿਹੜੀ ਇੱਕ ਬੋਧਿਕ ਪੰਗਤਾ ਦਾ ਉਦਾਹਰਨ ਡਿਸਲੈਕਸੀਆ ਏ ਡੀ ਐਚ ਡੀ ਮਾਨਸਿਕ ਗਤੀਵਿਧੀ ਆਟイズਮ ਸੋ ਆਪਸ਼ਨ ਨੰਬਰ 3 ਦੇ ਨਾਲ ਜਾਵਾਂਗੇ ਜੀ ਅਸੀਂ 3 ਨੰਬਰ ਆਪਸ਼ਨ ਸਹੀ ਹੈ ਜੀ ਏ ਡੀ ਐਚ ਟੂ ਹੁੰਦਾ ਜਿਹੜਾ ਬੱਚਾ ਮਤਲਬ ਟਿਕ ਕੇ ਨਹੀਂ ਬੈਠਦਾ ਮਤਲਬ ਕਿੰਨਾ ਹੀ ਉਹਨੂੰ ਕੋਸ਼ਿਸ਼ ਕਰੀ ਜਾਓ ਕਲਾਸ 'ਚ ਜਾਂ ਕਿਤੇ ਵੀ ਟਿਕ ਕੇ ਨਹੀਂ ਬੈਠਦਾ ਚ ਵੀ ਕਰਦਾ ਰਹਿੰਦਾ ਡਿਸਲੈਕਸੀਆ ਹੁੰਦਾਗਾ ਇਹ ਪੜਨ ਦੇ ਨਾਲ ਸੰਬੰਧਿਤ ਡਿਸਆਰਡਰ ਹੁੰਦਾਗਾ ਸੋ ਆਪਸ਼ਨ ਨੰਬਰ 3 ਸਹੀ ਹੈ ਜੀ ਮਾਨਸਿਕ ਗਤੀਵਿਧੀ 4 ਨੰਬਰ ਪ੍ਰਸ਼ਨ ਦੋਸਤੋ ਸਿੱਖਣਾ ਤੋਂ ਸ਼ੁਰੂ ਹੁੰਦਾ ਹੈ ਅਧਿਆਪਕ ਤੋਂ ਸਕੂਲ ਤੋਂ ਘਰ ਤੋਂ ਜਾਂ ਸਾਰੇ ਸੋ ਸਿੱਖਣਾ ਆਪਸ਼ਨ ਨੰਬਰ 3 ਸਹੀ ਹੈ ਜੀ ਘਰ ਤੋਂ ਸ਼ੁਰੂ ਹੋ ਜਾਂਦਾ ਬੱਚੇ ਦਾ ਸਿੱਖਣਾ 5 ਨੰਬਰ ਪ੍ਰਸ਼ਨ ਦੋਸਤੋ ਵਿਕਾਸ ਦੀ ਕਿਸ ਅਵਸਥਾ ਨੂੰ ਸਮਾਜੋਜਨ ਦੀ ਅਵਸਥਾ ਵੀ ਕਿਹਾ ਜਾਂਦਾ ਹੈ ਸੋ ਵਿਕਾਸ ਦੇ ਵਿੱਚ ਜਦੋਂ ਬੱਚੇ ਦਾ ਜਿਹੜੀਆਂ ਵਿਕਾਸ ਦੇ ਨਾਲ ਸੰਬੰਧਿਤ ਅਵਸਥਾਵਾਂ ਨੇ ਉਹ ਚਾਰ ਨੇ ਜੀ ਸੋ ਜੋ ਸਿਸੂ ਕਾਲ ਹਨਾ ਬਾਲ ਅਵਸਥਾ ਕਸੋਰ ਅਵਸਥਾ ਜਾਂ ਪ੍ਰੋੜ ਅਵਸਥਾ ਇਸ ਤਰ੍ਹਾਂ ਦੀਆਂ ਚਾਰ ਅਵਸਥਾਵਾਂ ਨੇਗੀਆਂ ਸੋ ਇਹਦੇ ਵਿੱਚੋਂ ਕਿਹੜੀ ਅਵਸਥਾ ਨੂੰ ਸਮਾਜੋਜਨ ਦੀ ਅਵਸਥਾ ਕਿਹਾ ਜਾਂਦਾ ਗਰਭ ਕਾਲ ਅਵਸਥਾ ਨੂੰ ਸਿਸੂ ਅਵਸਥਾ ਨੂੰ ਬਚਪਨ ਅਵਸਥਾ ਜਾਂ ਕੋਈ ਨਹੀਂ ਸੋ ਆਪਸ਼ਨ ਨੰਬਰ 3 ਸਹੀ ਹੈ ਜੀ ਬਚਪਨ ਅਵਸਥਾ ਨੂੰ मतलब समाजन योग्यंदी अवस्था ਕਿਹਾ ਜਾਂਦਾ ਬੱਚੇ ਦੇ ਲਈ ਅਗਲਾ ਪ੍ਰਸ਼ਨ ਦੋਸਤੋ 6 ਨੰਬਰ ਅਭਿਆਸ ਦਾ ਸਿਧਾਂਤ ਕਿਸ ਨੇ ਦਿੱਤਾ ਵੈਰੀ ਵੈਰੀ ਇਪੋਰਟੈਂਟ ਪ੍ਰਸ਼ਨ ਹੈ ਜੀ ਅਭਿਆਸ ਦਾ ਸਿਧਾਂਤ ਕਿਹਨੇ ਦਿੱਤਾ ਪਿਆਜੇ ਨੇ ਥੋਰਨਡਾਈਕ ਨੇ ਥਰਸਟਨ ਨੇ ਜਾਂ ਕੋਈ ਨਹੀਂ ਸੋ ਅਭਿਆਸ ਦਾ ਸਿਧਾਂਤ ਜਿਹੜਾ ਉਹ ਥੋਰਨਡਾਈਕ ਨੇ ਦਿੱਤਾ ਸੀ ਜੀ অপਸ਼ਨ ਨੰਬਰ 2 ਸਹੀ ਹੈ ਥੋਰਨਡਾਈਕ ਦੀ ਥਿਉਰੀ ਦੇ ਨਾਲ ਰਿਲੇਟਡ ਹੈ ਇਹ ਮਨ ਦਾ ਮਨ ਚਿੱਤਰ ਸੰਬੰਧਿਤ ਹੈ ਹੇਠ ਲਿਖੀਆਂ ਆਪਸ਼ਨਾਂ ਦੇ ਵਿੱਚੋਂ ਮਨ ਦਾ ਮਨ ਚਿੱਤਰ ਹੈ ਜਿਹੜਾ ਉਹ ਕਿਸ ਦੇ ਨਾਲ ਸੰਬੰਧਿਤ ਹੈ ਜੀ ਸਮਝ ਬਧਾਉਣ ਦੀ ਤਕਨੀਕ ਨਾਲ ਸਹਾਇਕ ਕੰਮਾਂ ਦੀ ਕਿਰਿਆ ਯੋਜਨਾਵਾਂ ਦੇ ਨਾਲ ਮਨ ਦੀ ਕਿਰਿਆਸ਼ੀਲ ਖੋਜ ਦੇ ਨਾਲ ਜਾਂ ਕੋਈ ਨਹੀਂ ਸੋ ਦੋਸਤੋ ਮਨ ਦਾ ਜਿਹੜਾ ਮਨ ਚਿੱਤਰ ਹੈ ਉਹ ਸੰਬੰਧਿਤ ਹੈ ਮਨ ਦੀ ਕਿਰਿਆਸ਼ੀਲ ਖੋਜ ਦੇ ਨਾਲ ਆਪਸ਼ਨ ਨੰਬਰ 3 ਸਹੀ ਹੈ ਜੀ ਅਗਲਾ ਪ੍ਰਸ਼ਨ ਕਰਦੇ ਹਾਂ ਜੀ 8 ਨੰਬਰ ਦੋਸਤੋ ਸਿੱਖਿਆ ਦਾ ਅਰਥ ਹੈ ਹੇਠ ਲਿਖੀਆਂ ਆਪਸ਼ਨਾਂ ਦੇ ਵਿੱਚੋਂ ਦੱਸਣਾ ਸਿੱਖਿਆ ਦਾ ਕੀ ਅਰਥ ਹੈ ਜਾਣਕਾਰੀ ਦੇਣਾ ਗਿਆਨ ਦੇਣਾ 1 ਅਤੇ 2 ਦੋਨੇ ਆਪਸ਼ਨਾਂ ਸਹੀ ਨੇ ਉੱਪਰ ਲੀਆਂ ਕੋਈ ਨਹੀਂ ਸੋ ਆਪਸ਼ਨ ਨੰਬਰ 3 ਸਹੀ ਹੈ ਜੀ 1 ਅਤੇ 2 ਦੋਨੇ ਸਹੀਆਂ ਨੇ ਸਿੱਖਿਆ ਦਾ ਜਿਹੜਾ ਅਰਥ ਹੈ ਜਿਹੜਾ ਕੋਈ ਜਾਣਕਾਰੀ ਦੇਣਾ ਵੀ ਇੱਕ ਸਿੱਖਿਆ ਹੁੰਦੀ ਹੈ ਗਿਆਨ ਦੇਣਾ ਗਿਆਨ ਵਿੱਚ ਵਾਧਾ ਕਰਨ ਦੇਣਾ ਜੇਕਰ ਤੇ ਇੱਥੇ ਆਪਸ਼ਨ ਹੁੰਦੀ ਵਿਵਹਾਰ ਵਿੱਚ ਪਰਿਵਰਤਨ ਕਰ ਦੇਣਾ ਤਾਂ ਸਭ ਤੋਂ ਵੱਧ ਉਹ ਸਹੀ ਹੋਣੀ ਸੀ ਜਾਂ ਸਾਰੀਆਂ ਸਹੀ ਬਣ ਜਾਂਦੀਆਂ ਫਿਰ ਸੋ ਵਿਵਹਾਰ ਵਿੱਚ ਪਰਿਵਰਤਨ ਲਿਆਉਣਾ ਵੀ ਸਿੱਖਿਆ ਦਾ ਜਿਹੜਾ ਮੁੱਖ ਅਰਥ ਹੁੰਦਾ ਹੈ ਸੋ ਆਪਸ਼ਨ ਨੰਬਰ 3 ਸਹੀ ਹੈ ਜੀ 9 ਨੰਬਰ ਪ੍ਰਸ਼ਨ ਦੋਸਤੋ ਸਰੀਰਕ ਵਾਧੇ ਤੇ ਵਿਕਾਸ ਨੂੰ ਕਿਹਾ ਜਾਂਦਾ ਸੋ ਸਰੀਰ ਦੇ ਵਾਧੇ ਤੇ ਵਿਕਾਸ ਨੂੰ ਕਿਹਾ ਜਾਂਦਾ ਤਤਪਰਤਾ ਪਰਿਪੱਕਤਾ ਗਤੀਸ਼ੀਲਤਾ ਜਾਂ ਜਦ ਸੋ ਸਰੀਰ ਦੇ ਵਾਧੇ ਨੂੰ ਤੁਸੀਂ ਦੇਖਣਾ ਹੈ ਵਾਧੇ ਤੇ ਵਿਕਾਸ ਨੂੰ ਕੀ ਕਿਹਾ ਜਾਂਦਾ ਜੀ ਤਤਪਰਤਾ ਪਰਿਪੱਕਤਾ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਪ੍ਰਿਪੱਕਤਾ ਕਿਹਾ ਜਾਂਦਾ 2 ਨੰਬਰ ਆਪਸ਼ਨ ਸਹੀ ਆ ਸਰੀਰ ਦੇ ਵਾਧੇ ਤੇ ਵਿਕਾਸ ਨੂੰ ਪ੍ਰਿਪੱਕਤਾ ਦੇ ਨਾਲ ਜੋੜਿਆ ਜਾਂਦਾ ਹੈ ਮੈਚਿਓਰਿਟੀ ਦੇ ਨਾਲ ਇਹਨਾਂ ਵਿੱਚੋਂ ਕਿਹੜਾ ਬਾਲ ਵਿਕਾਸ ਦਾ ਸਿਧਾਂਤ ਨਹੀਂ ਹੈ ਸੋ ਇਸ ਗੱਲ ਨੂੰ ਧਿਆਨ ਚ ਰੱਖਣਾ ਨਹੀਂ ਪੁੱਛਿਆ ਜਾਵੇ ਜਿੱਥੇ ਵਿਕਾਸ ਦੇ ਸਾਰੇ ਖੇਤਰ ਮਹੱਤਵਪੂਰਨ ਨੇ ਵੈਰੀ ਗੁੱਡ ਹਾਂ ਵੈਰੀ ਇੰਪੋਰਟੈਂਟ ਗੱਲ ਹੈ ਇਹ ਇਹ ਮਹੱਤਵਪੂਰਨ ਹੁੰਦੇ ਨੇ ਸਾਰੇ ਖੇਤਰ ਇਹ ਮਤਲਬ ਪ੍ਰਸ਼ਨ ਦੇ ਅਕੋਰਡਿੰਗ ਠੀਕ ਨਹੀਂ ਹੋਊਗੀ ਇਹ ਵੈਸੇ ਗੱਲ ਠੀਕ ਆ ਵਿਕਾਸ ਪਰਿਪੱਕਤਾ ਤੇ ਤਿਆਰਬੇ ਦੀਆਂ ਅੰਤਰ ਕਿਰਿਆਵਾਂ ਦਾ ਸੈੱਟ ਹੈ ਹਾਂ ਇਹ ਵੀ ਠੀਕ ਹੈ ਗੱਲ ਸਾਰੇ ਵਿਕਾਸ ਅਤੇ ਸਿੱਖਣ ਬਰਾਬਰ ਰਫ਼ਤਾਰ ਨਾਲ ਅੱਗੇ ਵਧਦੇ ਨੇ ਸੋ ਆਪਸ਼ਨ ਨੰਬਰ 3 ਸਹੀ ਹੈ ਜੀ ਮਤਲਬ ਵਿਕਾਸ ਦਾ ਇਹਨਾਂ ਵਿੱਚੋਂ ਕਿਹੜਾ ਬਾਲ ਵਿਕਾਸ ਦਾ ਸਿਧਾਂਤ ਨਹੀਂ ਇਹ ਤਿੰਨ ਨੰਬਰ ਆਪਸ਼ਨ ਸਿਧਾਂਤ ਨਹੀਂ ਹੈਗਾ ਬਾਲ ਵਿਕਾਸ ਦਾ ਕਿਉਂਕਿ ਸਾਰੇ ਵਿਕਾਸ ਨਹੀਂ ਉਹ ਬਰਾਬਰ ਰਫ਼ਤਾਰ ਨਾਲ ਨਹੀਂ ਚੱਲਦੇ ਕੋਈ ਮਤਲਬ ਕੋਈ ਬੱਚਾ ਅਲੱਗ ਹਨਾ ਵਿਕਾਸ ਕਰਦਾ ਹੈਗਾ ਕੋਈ ਕਿਸੇ ਦੀ ਸਿੱਖਣ ਸ਼ਕਤੀ ਵੱਧ ਹੁੰਦੀ ਹੈ ਕਿਸੇ ਦੀ ਸਮਝਣ ਸ਼ਕਤੀ ਵੱਧ ਹੁੰਦੀ ਹੈ ਕਿਸੇ ਦੀ ਲਿਖ ਸੁੰਦਰ ਲਿਖਣ ਦੀ ਸ਼ਕਤੀ ਵੱਧ ਹੁੰਦੀ ਹੈ ਕਿਸੇ ਦੀ ਬੋਲਣ ਦਾ ਵਧੀਆ ਤਰੀਕਾ ਹੁੰਦਾ ਸੋ ਅਲੱਗ-ਅਲੱਗ ਹੁੰਦੇ ਆ ਚਾਰ ਨੰਬਰ ਦੇਖੀਏ ਜੀ ਵਿਕਾਸ ਇੱਕ ਤਰਤੀਬ ਕਰਮ ਜਾਂ ਅਨੁਸਾਰਨ ਕਰਦਾ ਹੈ ਸੋ ਆਪਸ਼ਨ ਨੰਬਰ 4 ਮਤਲਬ ਉਂਝ ਠੀਕ ਹੈ ਵੀ ਵਿਕਾਸਿਕ ਤਰਦੀਬ ਚ ਹੀ ਹੁੰਦਾ ਜੀ ਵੀ ਮਤਲਬ ਪਹਿਲਾਂ ਦੇਖੋ ਜਿਵੇਂ ਹੱਥ ਉਂ ਹੱਥ ਥੈਲੀ ਬਣੀ ਫਿਰ ਉਂਗਲਾਂ ਬਣਨਗੀਆਂ ਇਸ ਤਰ੍ਹਾਂ ਵਿਕਾਸ ਪਹਿਲਾਂ ਫਿਰ ਹੱਥ ਛੋਟਾ ਹੈਗਾ ਫਿਰ ਵੱਡਾ ਹੁੰਦਾ ਜਾਊਗਾ ਇਹ ਨਹੀਂ ਹੈ ਵੀ ਪਹਿਲੀ ਹੱਥ ਵੱਡਾ ਹੋਵੇ ਕੋਈ ਸੋ ਇਥੋਂ ਰਿਲੇਟ ਕਰਕੇ ਤੁਸੀਂ ਗੱਲ ਨੂੰ ਯਾਦ ਰੱਖਣਾ ਹੈ ਧਿਆਨ ਚ ਰੱਖਣਾ ਹੈ 11 ਨੰਬਰ ਪ੍ਰਸ਼ਨ ਦੋਸਤੋ ਕਿਸ ਕਿਸਮ ਦਾ ਵਾਤਾਵਰਣ ਕਲਾਸਰੂਮ ਅਧਿਆਪਨ ਲਈ ਚੰਗਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਵਾਤਾਵਰਣ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਲਾਸਰੂਮ ਦਾ ਅਧਿਆਪਨ ਲਈ ਪੜਾਈ ਦੇ ਲਈ ਸਮਾਜਿਕ ਹੋਵੇ ਸ਼ਾਂਤੀ ਵਾਲਾ ਹੋਵੇ ਵਿਰੋਧ ਭਾਸ਼ੀ ਹੋਵੇ ਦਬਾਉਣ ਵਾਲਾ ਹੋਵੇ ਸੋ ਦੇਖੋ ਆ ਤਾਂ ਦੋਨੇ ਵੈਸੇ ਹੀ ਕੱਟੀਆਂ ਗਈਆਂ ਠੀਕ ਨਹੀਂ ਬੈਠਦੀਆਂ ਇਹ ਬੱਚਿਆਂ ਦੀ ਕਲਾਸਰੂਮ ਦੇ ਨਾਲ ਸੰਬੰਧਿਤ ਗੱਲ ਠੀਕ ਨਹੀਂ ਬੈਠਦੀਆਂ ਸ਼ਾਂਤੀ ਵਾਲਾ ਵੀ ਨਹੀਂ ਹੋਣਾ ਚਾਹੀਦਾ ਐਵੇਂ ਚੁੱਪ ਬੈਠੇ ਰਹਿਣ ਬੱਚੇ ਸਾਰਾ ਦਿਨ ਸ਼ਾਂਤੀ ਬਣੀ ਰਹੇ ਸੋ ਸਮਾਜਿਕ ਹੋਣਾ ਚਾਹੀਦਾ ਜੀ অপਸ਼ਨ ਨੰਬਰ 1 ਸਹੀ ਆ ਅਗਲਾ ਪ੍ਰਸ਼ਨ ਜੀ 12 ਨੰਬਰ ਬਾਇਗੋਸਕੀ ਦੇ ਅਨੁਸਾਰ ਬੱਚੇ ਸਿੱਖਦੇ ਨੇ ਜਦੋਂ ਪੁਨਰਵਾਲਣ ਪ੍ਰਦਾਨ ਕੀਤਾ ਜਾਂਦਾ ਹੈ ਪਰਿਪੱਕਤਾ ਦੁਆਰਾ ਨਕਲ ਦੁਆਰਾ ਬਾਲਗਾਂ ਤੇ ਹਮ ਉਮਰ ਸਾਥੀਆਂ ਨਾਲ ਗੱਲਬਾਤ ਅੰਤਰਕਿਰਿਆ ਕਰਕੇ ਸੋ ਜਿਹੜਾ ਵਾਈਗੋਸਕੀ ਸੀਗਾ ਜੀ ਉਹਦੀ ਜਿਹੜੀ ਥਿਉਰੀ ਹੈਗੀ ਉਹ ਸਮਾਜ ਦੇ ਨਾਲ ਸੰਬੰਧਤ ਹੈ ਸੱਭਿਆਚਾਰ ਭਾਸ਼ਾ ਦੇ ਨਾਲ ਸੰਬੰਧਤ ਹੈ ਸਮਾਜ ਦੇ ਨਾਲ ਜ਼ਿਆਦਾ ਸੰਬੰਧਤ ਹੈ ਜਿੱਤੇ ਸੋਸ਼ਲ ਸ਼ਬਦ ਆ ਗਿਆ ਉੱਥੇ ਵਾਈਗੋਸਕੀ ਦੀ ਗੱਲ ਹੋ ਰਹੀ ਹੁੰਦੀ ਹੈ ਸੋ অপਸ਼ਨ ਨੰਬਰ 4 ਸਹੀ ਹੈ ਜੀ ਵਾਈਗੋਸਕੀ ਕਹਿੰਦਾ ਸੀ ਵੀ ਜਿਹੜੇ ਬੱਚਿਆਂ ਦਾ ਗਿਆਨ 'ਚ ਵਾਧਾ ਹੁੰਦਾ ਉਹਨਾਂ ਦਾ ਸਿੱਖਦੇ ਨੇ ਜਿਹੜੇ ਉਹ ਉਹ ਸਮਾਜ ਨਾਲ ਅੰਤਰਕਿਰਿਆ ਕਰਕੇ ਜਾਂ ਹਮ ਉਮਰ ਦੇ ਲੋਕਾਂ ਨਾਲ ਅੰਤਰਕਿਰਿਆ ਕਰਕੇ ਸਮਾਜ 'ਚੋਂ ਅੰਤਰਕਿਰਿਆ ਕਰਕੇ ਗੱਲਬਾਤ ਸਿੱਖਦੇ ਨੇ ਸਾਰੀ ਅਗਲਾ ਪ੍ਰਸ਼ਨ ਜੀ 13 ਨੰਬਰ ਹੇਠ ਲਿਖਿਆਂ ਵਿੱਚੋਂ ਸਮਾਵੇਸੀ ਸਿੱਖਿਆ ਦਾ ਸਭ ਤੋਂ ਵਧੀਆ ਵਰਨਰ ਹੈ ਸਮਾਵੇਸੀ ਸਿੱਖਿਆ ਇਨਕਲੂਸਿਵ ਐਜੂਕੇਸ਼ਨ ਜਿੱਥੇ ਮਤਲਬ ਸਮਾਵੇਸੀ ਸਿੱਖਿਆ ਦਾ ਮਤਲਬ ਹੁੰਦਾ ਵੀ ਜਿੱਥੇ ਨਾ ਸਾਰੇ ਤਰ੍ਹਾਂ ਦੇ ਲੋਕ ਬੱਚੇ ਪੜਦੇ ਹੋਣ ਚਾਹੇ ਉਹ ਕੋਈ ਹੈਂਡੀਕੈਪਟ ਹੈ ਚਾਹੇ ਹੋ ਮੈਂਟਲੀ ਰਿਟਾਰਟਡ ਹੈਗਾ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਚਾਹੇ ਕੋਈ ਹੋ ਬਹੁਤ ਤੇਜ਼ ਬੱਚਾ ਬਰੀ ਇੰਟੈਲੀਜੈਂਟ ਹੈ ਸੋ ਸਾਰਿਆਂ ਨੂੰ ਮਤਲਬ ਇਕੱਠੇ ਇੱਕ ਥਾਂ 'ਚ ਪੜਾਉਣਾ ਸਮਾਂਬੇਸੀ ਸਿੱਖਿਆ ਹੁੰਦੀ ਹੈ ਇਹਦਾ ਵਰਨਰ ਕਿਹੜਾ ਹੈ ਪੁੱਛਿਆ ਵਧੀਆ ਵਰਨਰ ਹੀਟ ਲਿਖਿਆਂ ਦੇ ਵਿੱਚੋਂ ਵਧੀਆ ਗੱਲ ਕਿਹੜੀ ਢੁਕਦੀ ਹੈ ਸਮਾਂਬੇਸੀ ਸਿੱਖਿਆ ਦੇ ਨਾਲ ਪੜ੍ਹਦੇ ਆਪਾਂ ਸਾਰਿਆਂ ਇੱਕ ਵਿਸ਼ਵਾਸ ਹੈ ਕਿ ਬੱਚਿਆਂ ਦੀਆਂ ਆਪਣੀਆਂ ਯੋਗਤਾਵਾਂ ਅਨੁਸਾਰ ਵੱਖਰਾ ਕਰਨਾ ਚਾਹੀਦਾ ਹੈ ਦੋ ਨੰਬਰ ਆਪਸ਼ਨ ਇਹ ਵਿਸ਼ਵਾਸ ਹੈ ਕਿ ਬੱਚੇ ਕਦੇ-ਕਦੇ ਕੁਝ ਸਿੱਖ ਨਹੀਂ ਸਕਦੇ ਇੱਕ ਫਲਸਫਾ ਹੈ ਕਿ ਸਾਰੇ ਬੱਚਿਆਂ ਨੂੰ ਨਿਜਮਤ ਸਕੂਲ ਪ੍ਰਣਾਲੀ ਵਿੱਚ ਬਰਾਬਰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ। ਆਪਸ਼ਨ ਨੰਬਰ 3 ਸਹੀ ਹੈ ਜੀ। 4 ਨੰਬਰ ਵੀ ਪੜ ਲੈਂਦੇ ਆਪਾਂ। ਇਹ ਇੱਕ ਫਲਸਫਾ ਹੈ ਕਿ ਖਾਸ ਬੱਚੇ ਈਸ਼ਵਰ ਦੀ ਖਾਸ ਭੇਟ ਹਨ। ਇਹ ਕੋਈ ਗੱਲ ਨਹੀਂ ਬਣੀ। ਸੋ ਆਪਸ਼ਨ ਨੰਬਰ 3 ਸਹੀ ਹੈ ਜੀ। ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਹਾਂ ਜੀ ਆਪਾਂ ਠੀਕ ਕਰ ਲਿਆ ਇਹਨੂੰ ਥੋੜਾ ਜਿਹਾ। ਆਪਸ਼ਨ ਨੰਬਰ 3 ਸਹੀ ਹੈ। ਇਦੇ ਵਿੱਚ ਕੀ ਲਿਖਿਆ ਗਿਆ ਵੀ ਇਹ ਇੱਕ ਫਲਸਫਾ ਹੈ ਜਿੱਥੇ ਸਾਰੇ ਬੱਚਿਆਂ ਨੂੰ ਨਿਜਮਤ ਸਕੂਲ ਪ੍ਰਣਾਲੀ ਜਿਹੜਾ ਕੁਝ ਚੱਲ ਰਿਹਾ ਹੁੰਦਾ ਸਕੂਲ ਦੇ ਵਿੱਚ ਫੇਰ ਬਦਲ ਨਾ ਹੋਵੇ ਮਤਲਬ ਜੇ ਕੋਈ ਹੈਂਡੀਕੈਪਟ ਬੱਚਾ ਆ ਗਿਆ ਜਿਹੜਾ ਮੰਦ ਬੁੱਧੀ ਬੱਚਾ ਆ ਗਿਆ ਜਾਂ ਜਿਹਨੂੰ ਘੱਟ ਸੁਣਦਾ ਉਹਦੇ ਵਾਸਤੇ ਕੋਈ ਸਪੈਸ਼ਲ ਫੇਰ ਬਦਲ ਨਾ ਹੋਵੇ ਕੋਈ ਸਪੈਸ਼ਲ ਕਲਾਸ ਨਾ ਲੱਗੇ ਆਮ ਬੱਚਿਆਂ 'ਚ ਬੈਠ ਕੇ ਪੜ੍ਹੇ ਬਸ ਉਹਦੀਆਂ ਸਹੂਲਤਾਂ ਨੂੰ ਥੋੜਾ ਜਿਹਾ ਧਿਆਨ ਚ ਰੱਖਿਆ ਜਾਵੇ ਉਹਦੇ ਬਾਰੇ 'ਚ ਬਰਾਬਰ ਸਿੱਖਿਆ ਪ੍ਰਾਪਤ ਕਰਨਾ ਸੋ ਉਹਦੇ ਨਾਲ ਸੰਬੰਧਤ ਆ ਗਈ ਇਹ ਆਪਸ਼ਨ ਨੰਬਰ 3 ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 1 ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਿਸ ਦਾ ਵਿਹਾਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਸੋ ਬੱਚਿਆਂ ਦੇ ਜੀ ਸਰਵਪੱਖੀ ਵਿਕਾਸ ਲਈ ਕਿਸ ਦਾ ਵਿਹਾਰ ਹੈ ਜਿਹੜਾ ਵਿਹਾਰ ਹੈ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਸਰਪ੍ਰਸਤਾ ਦਾ ਅਧਿਆਪਕਾਂ ਦਾ ਪ੍ਰਿੰਸੀਪਲ ਦਾ ਰਾਜਨੀਤੀਵਾਨਾਂ ਦਾ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਅਧਿਆਪਕ ਹੁੰਦੇ ਨੇ ਜਿਹੜੇ ਉਹਨਾਂ ਦਾ ਵਿਵਹਾਰ ਹੀ ਬੱਚੇ ਦੇ ਸਰਪੱਖੀ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਕੰਮ ਕਿਸ ਉਮਰ ਦੇ ਬੱਚਿਆਂ ਲਈ ਚਲਾਇਆ ਗਿਆ ਹੈ? ਸੋ ਜਿਹੜਾ ਬਾਲਵਾੜੀ ਪੋਸ਼ਣ ਪ੍ਰੋਗਰਾਮ ਹੈ ਜੀ ਇਹ ਬੈਰੀ ਇੰਪੋਰਟੈਂਟ ਪ੍ਰਸ਼ਨ ਨੇ ਜੀ। ਬਾਲਵਾੜੀ ਪੋਸ਼ਣ ਪ੍ਰੋਗਰਾਮ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 3 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਜਨਮ ਤੋਂ 6 ਸਾਲ ਤੱਕ ਦੇ ਉਮਰ ਬੱਚਿਆਂ ਲਈ 3 ਤੋਂ 8 ਸਾਲ ਦੇ। ਸੋ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ। ਜਿਹੜਾ ਜਨਮ ਤੋਂ 3 ਸਾਲ ਦੇ ਬੱਚਿਆਂ ਲਈ ਚਲਾਇਆ ਜਾਂਦਾ ਬਾਲਵਾੜੀ ਪੋਸ਼ਣ ਪ੍ਰੋਗਰਾਮ ਆਪਸ਼ਨ ਨੰਬਰ ਈ ਸਹੀ ਹੈ 2 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਸ਼ਿਸ਼ੂ ਨੂੰ ਦਿੱਤਾ ਜਾਣ ਵਾਲਾ ਪੂਰਕ ਭੋਜਨ ਸੋ ਇੱਕ ਛੋਟੇ ਬੱਚੇ ਨੂੰ ਸ਼ਿਸ਼ੂ ਨੂੰ ਜਿਹੜਾ ਭੋਜਨ ਦੰਨੇ ਆ ਉਹ ਸਹੀ ਮਾਨੈਚ ਕਿਹੜਾ ਪੂਰਕ ਭੋਜਨ ਮੰਨਿਆ ਜਾਂਦਾ ਕਿਹੜਾ ਦੇਣਾ ਹੁੰਦਾ ਬ੍ਰੈਡ ਅਤੇ ਬਿਸਕੁਟ ਦੇਣੇ ਹੁੰਦੇ ਨੇ ਛੂਪ ਅਤੇ ਫਲਾਂ ਦਾ ਜੂਸ ਦੇਣਾ ਹੁੰਦਾ ਚਾਵਲ ਅਤੇ ਬੀਟ ਸਬਜ਼ੀਆਂ ਅਤੇ ਫਲ ਆਪਸ਼ਨ ਨੰਬਰ ਆੜਾ ਸਹੀ ਹੈ ਦੋਸਤੋ ਛੋਟੇ ਬੱਚੇ ਨੂੰ ਇੱਕ ਸ਼ਿਸ਼ੂ ਨੂੰ ਅਸੀਂ ਸੂਪ ਦੇ ਸਕਦੇ ਹਾਂ ਫਲਾਂ ਦਾ ਜੂਸ ਦੇ ਸਕਦੇ ਹਾਂ ਹਾਰਡ ਹੈਵੀ ਖਾਣਾ ਜਿਹੜਾ ਉਹ ਆਪਾਂ ਉਹਨੂੰ ਨਹੀਂ ਦੇਣਾ ਹੁੰਦਾ ਸੋ 6 ਮਹੀਨੇ ਤੱਕ ਬੱਚਾ ਮਤਲਬ ਮੰਨਿਆ ਗਿਆ ਵੀ 6 ਮਹੀਨੇ ਤੱਕ ਡਾਕਟਰੀ ਭਾਸ਼ਾ ਦੇ ਵਿੱਚ ਕਿਹਾ ਗਿਆ ਹੈ ਵੀ 6 ਮਹੀਨੇ ਤੱਕ ਮਾਂ ਦਾ ਦੁੱਧ ਦਿੱਤਾ ਜਾਂਦਾ ਤੇ ਨਾਲ ਉਹਦੇ ਵਿੱਚ ਆਪਾਂ ਸੂਪ ਫਲਾਂ ਦਾ ਜੂਸ ਦੇ ਸਕਦੇ ਹਾਂ ਉਸ ਤੋਂ ਬਾਅਦ 3 ਨੰਬਰ ਪ੍ਰਸ਼ਨ ਦੋਸਤੋ ਸਿਹਤ ਦੇਖਭਾਲ ਵਿੱਚ ਸ਼ਾਮਲ ਹੈ ਤੋ ਸਿਹਤ ਦੇਖਭਾਲ ਦੇ ਵਿੱਚ ਕੀ ਸ਼ਾਮਲ ਹੈ ਸਰੀਰਕ ਲੋੜਾਂ ਸਮਾਜਿਕ ਤੇ ਭਾਵਨਾਤਮਕ ਲੋੜਾਂ ਬੌਧਿਕ ਲੋੜਾਂ ਤਾਂ ਸਾਰੇ ਆਪਸ਼ਨ ਨੰਬਰ ਸ ਸਹੀ ਹੈ ਜੀ ਆਪਸ਼ਨ ਨੰਬਰ 4 ਸਹੀ ਹੈ ਜਦੋਂ ਸਰੀਰ ਦੀ ਸਿਹਤ ਦੀ ਦੇਖਭਾਲ ਕਰਨੀ ਆਪਾਂ ਤਾਂ ਸਰੀਰਕ ਦੇਖਭਾਲ ਵੀ ਕਰਨੀ ਹੁੰਦੀ ਹੈ ਸਮਾਜਿਕ ਭਾਵਨਾਤਕੋ ਲੋੜਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੀ ਵੀ ਸੰਭਾਲ ਤੇ ਬੌਧਿਕ ਲੋੜ ਵੀ ਹੋਵੇ ਇਹ ਨਾ ਹੋਵੇ ਵੀ ਸਰੀਰ ਤਾਂ ਤੁਸੀਂ ਮਤਲਬ ਪੂਰਾ ਫਿੱਟ ਫਾਟ ਰੱਖੋ ਤੇ ਦਿਮਾਗ 'ਚ ਕੁਝ ਵੀ ਨਾ ਹੋਵੇ ਬੌਧਿਕ ਮਤਲਬ ਜਿਹੜੀ ਹੈ ਬੁੱਧੀ ਨਾ ਹੋਵੇ ਤਾਂ ਸਮਾਜ ਦੇ ਵਿੱਚ ਵੀ ਬੰਦਾ ਰਹਿਣ ਸਹਿਣ ਦੇ ਕਾਬਿਲ ਹੋਵੇ ਉਹਦੇ ਆ ਫੀਲਿੰਗਸ ਵੀ ਹੋਣ ਇਹ ਨਾ ਹੋਵੇ ਵੀ ਸਰੀਰ ਬਹੁਤ ਤਾਕੜਾ ਹੋਵੇ ਬੁੱਧੀ ਬਹੁਤ ਹੋਵੇ ਕੋਈ ਫੀਲਿੰਗਸ ਨਾ ਹੋਵੇ ਉਹਦੇ ਅੰਦਰ ਸੋ ਸਿਹਤ ਦੇਖਭਾਲ ਵਿੱਚ ਸ਼ਾਮਲ ਹੈ ਸਾਰੀਆਂ ਆਪਸ਼ਨਾਂ ਸਹੀ ਨੇ ਜੀ ਸਰੀਰਕ ਲੋੜਾਂ ਸਮਾਜਿਕ ਤੇ ਭਾਵਨਾਤਮਕ ਲੋੜਾਂ ਤੇ ਬੌਧਿਕ ਲੋੜਾਂ ਆਪਸ਼ਨ ਨੰਬਰ ਸ ਸਹੀ ਹੈ 4 ਨੰਬਰ ਪ੍ਰਸ਼ਨ ਦੇਖਦੇ ਆ ਜੀ ਬੱਚੇ ਲਈ ਸਰਵੋਤਮ ਭੋਜਨ ਸੋ ਬੱਚੇ ਲਈ ਜਿਹੜਾ ਉੱਤਮ ਭੋਜਨ ਕਿਹੜਾ ਮੰਨਿਆ ਜਾਂਦਾ ਹੈ ਲਿਖਿਆ ਆਪਸ਼ਨਾਂ ਦੇ ਵਿੱਚੋਂ ਸਪਰੇਟਾ ਮਾਂ ਦਾ ਦੁੱਧ ਗਾਂ ਦਾ ਦੁੱਧ ਜਾਂ ਤਾਜ਼ਾ ਭੋਜਨ ਚਾ ਤਾਜ਼ਾ ਦੁੱਧ অপশন নাম্বার আডা সহি হ জি মা ਦਾ দুধ ਹੈ ਜਿਹੜਾ ਉਹ ਬੱਚੇ ਲਈ ਸਰਬੋਤਮ ਭੋਜਨ ਮੰਨਿਆ ਜਾਂਦਾ ਹੈ ਕਿਉਂਕਿ ਮਾਂ ਦੇ ਦੁੱਧ ਦੇ ਵਿੱਚ ਹੀ ਸਾਰੇ ਜਿਹੜੇ ਹੈਗੇ ਤੱਤੋ ਸ਼ਾਮਿਲ ਹੁੰਦੇ ਆ ਮਤਲਬ ਬਿਮਾਰੀਆਂ ਦੇ ਨਾਲ ਲੜਨ ਤੋਂ ਜਿਹੜੀ ਸ਼ਕਤੀ ਹੈ ਉਹ ਮਾਂ ਦਾ ਦੁੱਧ ਤੋਂ ਹੀ ਜ਼ਿਆਦਾ ਮਿਲਦੀ ਹੈ ਛੋਟੇ ਬੱਚੇ ਨੂੰ ਜ਼ਿਆਦਾ ਬਿਮਾਰੀਆਂ ਲੱਗਣ ਦਾ ਵੀ ਜਿਹੜਾ ਖਤਰਾ ਹੁੰਦਾ ਸੋ ਮਾਂ ਦਾ ਦੁੱਧ অপশন নাম্বার আডা ਸਹੀ ਹੈ ਜੀ ਬੱਚੇ ਲਈ ਸਰਬੋਤਮ ਭੋਜਨ ਦੋਸਤੋ 5 ਨੰਬਰ ਪ੍ਰਸ਼ਨ ਕਰਦੇ ਆਂ ਅਗਲਾ ਪ੍ਰਸ਼ਨ ਜੁਨਾਨ ਵਿੱਚ ਸਿਹਤ ਦੀ ਦੇਵੀ ਦਾ ਨਾਂ ਹੈ ਸੋ ਦੋਸਤੋ ਇਹ ਪ੍ਰਸ਼ਨ ਕਾਫੀ ਵਾਰ ਪੀਪਰਾਂ 'ਚ ਆਇਆ ਗਿਆ ਜੁਨਾਨ ਵਿੱਚ ਸਿਹਤ ਦੀ ਦੇਵੀ ਦਾ ਨਾਂ ਹੈ ਹਾਈਜਟ ਹਾਈਜੀਆ ਹਾਈਜੀਨ ਜਾਂ ਕੋਈ ਨਹੀਂ ਸੋ ਦੋਸਤੋ ਆਪਸ਼ਨ ਨੰਬਰ 8 ਆ ਸਹੀ ਹੈ ਹਾਈਜੀਆ ਕਹਿੰਦੇ ਆ ਇਹਨੂੰ ਜੁਨਾਨ ਦੇ ਵਿੱਚ ਸਿਹਤ ਦੀ ਦੇਵੀ ਦਾ ਨਾਂ ਹੈ ਜਿਹੜਾ ਹਾਈਜੀਆ 6 ਨੰਬਰ ਅਗਲਾ ਪ੍ਰਸ਼ਨ ਦੋਸਤੋ ਭੋਜਨ ਨੂੰ ਜਿਆਦਾ ਸਮੇਂ ਤੱਕ ਸੁਰੱਖਿਤ ਰੱਖਿਆ ਜਾ ਸਕਦਾ ਹੈ। ਸੋ ਭੋਜਨ ਨੂੰ ਲੰਬੇ ਸਮੇਂ ਤੱਕ ਸੁਰੱਖਿਤ ਰੱਖਣਾ ਹੋਵੇ ਬੈਕਟੀਰੀਆ ਤੋਂ ਰਾਹਤ ਹੋਵੇ ਭੋਜਨ ਉਹ ਜਿਆਦਾ ਲੰਬਾ ਸਮਾਂ ਕਿਵੇਂ ਰਹਿ ਸਕਦਾ ਹੈ? ਫ੍ਰਿਜ ਦੇ ਵਿੱਚ ਛਾਂ ਦੇ ਵਿੱਚ ਰੱਖ ਕੇ ਧੁੱਪ ਦੇ ਵਿੱਚ ਰੱਖ ਕੇ ਇੱਥੇ ਇਹ ਥੋੜਾ ਗਲਤ ਲਿਖਿਆ ਗਿਆ ਧੁੱਪ ਲਿਖਣਾ ਔਰ ਧੁੱਪ ਦੇ ਵਿੱਚ ਹਨੇਰੇ ਵਿੱਚ। ਸੋ ਆਪਸ਼ਨ ਨੰਬਰ ਊੜਾ ਸਹੀ ਹੈ ਜੀ ਫ੍ਰਿਜ ਦੇ ਵਿੱਚ ਹੀ ਰੱਖ ਕੇ ਲੰਬਾ ਸਮਾਂ ਭੋਜਨ ਨੂੰ ਸੁਰੱਖਿਤ ਰੱਖਿਆ ਜਾ ਸਕਦਾ ਹੈ। 7 ਨੰਬਰ ਪ੍ਰਸ਼ਨ ਦੋਸਤੋ ਸਾਡੇ ਸਰੀਰ ਵਿੱਚ ਲਾਲ ਲਹੂ ਕਣਾਂ ਦਾ ਜੀਵਨ ਹੁੰਦਾ ਸੋ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਲਹੂ ਕਣ ਹੁੰਦੇ ਨੇ RBC ਰੈੱਡ ਬਲੱਡ ਸੈੱਲ WBC ਵਾਈਟ ਬਲੱਡ ਸੈੱਲ ਸੋ ਜਿਹੜੇ ਨੇ ਲਾਲ ਲਹੂ ਕਣਾਂ ਦਾ ਜੀਵਨ ਹੈ ਜਿਹੜਾ ਜੀ ਉਹ 120 ਦਿਨ ਹੁੰਦਾ ਆਪਸ਼ਨ ਨੰਬਰ E ਡੀ ਸਹੀ ਹੈ ਜਿਹੜੇ ਵਾਈਟ ਬਲੱਡ ਸੈੱਲ ਹੁੰਦੇ ਨੇ ਜੀ ਉਹਨਾਂ ਦਾ ਜਿਹੜਾ ਜੀਵਨ ਕਾਲ ਹੈ 8 ਤੋਂ 11 ਦਿਨ ਮੰਨਿਆ ਜਾਂਦਾ ਹੈ 8 ਤੋਂ 11 ਦਿਨ ਮੰਨਿਆ ਜਾਂਦਾ ਸੋ ਇਹਨੂੰ ਤੁਸੀਂ ਆਪਣੀ ਆਪਸ਼ਨ ਦੇ ਹਿਸਾਬ ਨਾਲ ਟਿਕ ਕਰੋਗੇ 8 ਤੋਂ 11 ਦਿਨ ਦੇ ਅਕੋਰਡਿੰਗ ਜਿਹੜੀ ਕੋਈ ਆਪਸ਼ਨ ਸੈੱਟ ਹੋਈ ਉਹ ਤੇ ਤੁਸੀਂ ਟਿਕ ਕਰਨਾ ਹੋਊ ਜਿਹੜਾ ਲਾਲ ਲਹੂ ਕਾਨ ਨੇ ਜਿਹੜੇ ਰੈੱਡ ਬਲੱਡ ਸੈੱਲ ਨੇ ਉਹ 120 ਦਿਨ ਉਹਨਾਂ ਦਾ ਜੀਵਨ ਕਾਲ ਹੈ ਅਗਲਾ ਪ੍ਰਸ਼ਨ ਦੇਖਦੇ ਆਂ ਦੋਸਤੋ 8 ਨੰਬਰ ਪ੍ਰਸ਼ਨ ਬੱਚੇ ਨੂੰ ਭੋਜਨ ਪਰੋਸਣ ਸਮੇ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਇੱਕ ਛੋਟੇ ਬੱਚੇ ਨੂੰ ਇੱਕ ਸ਼ਿਸ਼ੂ ਨੂੰ ਜਦੋਂ ਅਸੀਂ ਖਾਣਾ ਖਵਾਉਣਾ ਹੈ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੱਖ-ਵੱਖ ਰੰਗਾਂ ਆਕਰਸ਼ਿਤੀਆਂ ਤੇ ਆਕਾਰਾਂ ਦਾ ਭੋਜਨ ਹੋਵੇ ਜਲਦੀ ਜਲਦੀ ਭੋਜਨ ਦਿੱਤਾ ਜਾਵੇ ਉਹਨੂੰ ਮਸਾਲੇਦਾਰ ਗਰਮਾ-ਗਰਮ ਭੋਜਨ ਹੋਵੇ ਬੱਚੇ ਨੂੰ ਬਿਨਾਂ ਭੁੱਖ ਤੋਂ ਭੋਜਨ ਪਰੋਸਣਾ ਸੋ ਆਪਸ਼ਨ ਨੰਬਰ ਊੜਾ ਸਹੀ ਹੈ ਜੀ ਇੱਕ ਸ਼ਿਸ਼ੂ ਨੂੰ ਮਤਲਬ ਉਹਦੀ ਨਾ ਇੱਛਾ ਘੱਟ ਹੁੰਦੀ ਹੈ ਭੋਜਨ ਖਾਣ ਦੀ ਉਹਨੂੰ ਭੁੱਖ-ਵੱਖ ਦਾ ਇੰਨਾ ਪਤਾ ਨਹੀਂ ਲੱਗਦਾ ਪਰ ਜਿਹੜੇ ਕੇਆਰ ਹੁੰਦੇ ਰੇਂਜ ਮਡੇਰ ਸੰਭਾਲਣ ਵਾਲੇ ਹੁੰਦੇ ਨੇ ਪੇਰੈਂਟਸ ਹੁੰਦੇ ਨੇ ਉਹਨਾਂ ਨੇ ਸਮੇਂ-ਸਮੇਂ ਤੇ ਭੋਜਨ ਉਹਨੂੰ ਮਤਲਬ ਪਰੋਸਣਾ ਹੀ ਹੁੰਦਾ ਹੈ ਬੱਚਾ ਵੱਧ ਤੋਂ ਵੱਧ ਭੋਜਨ ਖਾਵੇ ਸਰੀਰ ਦੇ हिसाब ਨਾਲ ਉਮਰ ਦੇ हिसाब ਨਾਲ ਉਹਦੇ ਲਈ ਆਕਰਸ਼ਿਤ ਬਣੇ ਭੋਜਨ ਤੇ ਉਹ ਫਿਰ ਉਹਨੂੰ ਖਾਣ ਦੀ ਇੱਛਾ ਰੱਖੇ ਵੱਖ-ਵੱਖ ਰੰਗਾਂ ਦਾ ਹੋਵੇ ਅਕੀਰਤੀਆਂ ਦਾ ਜਾਂ ਆਕਾਰਾਂ ਦਾ ਸੋ ਆਪਸ਼ਨ ਨੰਬਰ ਊੜਾ ਸਹੀ ਹੈ ਜੀ 8 ਨੰਬਰ ਪ੍ਰਸ਼ਨ ਦੇ ਅਕੋਰਡਿੰਗ 9 ਨੰਬਰਸੇ ਦੋਸਤੋ ਬੱਚੇ ਨੂੰ ਆਪਣੇ ਆਪ ਭੋਜਨ ਖਾਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਸੋ ਕਿੰਨੀ ਉਮਰ ਦੇ ਵਿੱਚ ਬੱਚਾ ਆਪਣੇ ਆਪ ਮਤਲਬ ਭੋਜਨ ਖਾਣ ਲੱਗ ਜਾਏ ਉਹਨੂੰ ਉਤਸ਼ਾਹਿਤ ਕਰੋ ਵੀ ਹੁਣ ਤੂੰ ਭੋਜਨ ਆਪ ਖਾ ਕਿਉਂਕਿ ਬੱਚੇ ਜ਼ਿਆਦਾਤਰ ਮਤਲਬ ਅੱਜ ਕੱਲ ਦਾ ਸਮਾਂ ਹੈ ਵੀ ਬੱਚੇ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਤੇ ਮਾਪਿਆਂ ਨੂੰ ਮਤਲਬ ਉਹਨਾਂ ਨੂੰ ਮੋਬਾਈਲਾਂ ਤੇ ਰੁੱਝੇ ਹੋਿਆਂ ਦੇ ਸਮੇਂ 'ਚ ਹੀ ਭੋਜਨ ਖਵਾਉਣਾ ਪੈਂਦਾ ਸੋ ਉਤਸ਼ਾਹਿਤ ਕਰੋ ਕਿੰਨੀ ਉਮਰ 'ਚ 6 ਮਹੀਨੇ ਦੀ ਉਮਰ ਤੋਂ ਬਾਅਦ 1.5 ਸਾਲ ਦੀ ਉਮਰ ਤੋਂ ਬਾਅਦ 2.5 ਸਾਲ ਦੀ ਉਮਰ ਤੋਂ ਬਾਅਦ 5 ਸਾਲ ਦੀ ਉਮਰ ਤੋਂ ਬਾਅਦ ਸੋ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ 2.5 ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਪ੍ਰੇਰਿਤ ਕਰਨਾ ਸ਼ੁਰੂ ਕਰੋ ਵੀ ਭੋਜਨ ਆਪਣੇ ਆਪ ਖਾਵੇ ਬੱਚਾ 10 ਨੰਬਰ ਪ੍ਰਸ਼ਨ ਜੀ ਮਿਕਸ ਭੋਜਨ ਦੇਣਾ ਚਾਹੀਦਾ ਹੈ ਕਿਹੜੀ ਉਮਰ 'ਚ ਮਿਕਸ ਭੋਜਨ ਦੇਣਾ ਚਾਹੀਦਾ ਹੈ 6 ਮਹੀਨੇ ਤੋਂ ਬਾਅਦ 8 ਮਹੀਨੇ ਤੋਂ ਬਾਅਦ 4 ਮਹੀਨੇ ਤੋਂ ਬਾਅਦ 1 ਸਾਲ ਤੋਂ ਬਾਅਦ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ 4 ਮਹੀਨੇ ਤੋਂ ਬਾਅਦ ਮਿਕਸ ਭੋਜਨ ਦੇਣਾ ਚਾਹੀਦਾ ਹੈ ਦੇਖੋ ਪਹਿਲਾਂ ਮਾਂ ਦਾ ਦੁੱਧ ਜ਼ਰੂਰੀ ਹੁੰਦਾ ਨਾਲ ਫਿਰ ਸੂਪ ਜੂਸ ਵਗੈਰਾ ਹੋਰ ਇਦਾਂ ਮਤਲਬ ਭੋਜਨ ਆਪਾਂ ਦੇ ਸਕਦੇ ਆ ਥੋੜਾ ਥੋੜਾ ਕਰਕੇ 11 ਨੰਬਰ ਪੁੱਛਿਆ ਦੋਸਤੋ 3 ਤੋਂ 6 ਸਾਲ ਦੇ ਬੱਚੇ ਨੂੰ ਪ੍ਰਤੀ ਦਿਨ ਕਿੰਨੀ ਊਰਜਾ ਦੀ ਲੋੜ ਪੈਂਦੀ ਹੈ ਸੋ ਜਿਹੜਾ 3 ਤੋਂ 6 ਸਾਲ ਦਾ ਬੱਚਾ ਜੀ ਜਾਦਤਰ ਪ੍ਰਸ਼ਨ ਮਤਲਬ ਇਹੀ ਕਵਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵੀ 3 ਤੋਂ 6 ਸਾਲ ਦੇ ਬੱਚੇ ਵਾਲੇ ਕਿਉਂਕਿ ਜਿਹੜੇ ਅੰਗਣਵਾੜੀ ਸੁਪਰਵਾਈਜ਼ਰ ਪੋਸਟਾਂ ਤੇ ਐਂਟੀਟੀ ਖਾਸ ਕਰਕੇ ਇਹ ਦੋ ਪੋਸਟਾਂ ਦੇ ਕੈਂਡੀਡੇਟ ਸੋ ਇਹ ਤੁਹਾਡੇ ਸਲੇਵਸ ਦੇ ਤੇ ਤੁਹਾਡੀ ਪੋਸਟ ਦੇ ਅਕੋਰਡਿੰਗ ਇਹ ਫਿੱਟ ਬੈਠਦੇ ਨੇ 2000 ਕੈਲੋਰੀ ਚਾਹੀਦੀ ਹੈ ਜੀ 1060 1690 1560 ਸੋ ਆਪਸ਼ਨ ਨੰਬਰ ਈ ਡੀ ਸਹੀ ਹੈ ਦੋਸਤੋ 3 ਤੋਂ 6 ਸਾਲ ਦਾ ਜਿਹੜਾ ਛੋਟਾ ਬੱਚਾ ਹੈ ਉਹਨੂੰ ਪ੍ਰਤੀ ਦਿਨ 1690 ਕੈਲੋਰੀ ਦੀ ਜਿਹੜੀ ਲੋੜ ਪੈਂਦੀ ਹੈ অপਸ਼ਨ ਨੰਬਰ ਈ ਡੀ ਸਹੀ ਹੈ 12 ਨੰਬਰ ਪ੍ਰਸ਼ਨ ਦੋਸਤੋ ਸੰਤੁਲਿਤ ਭੋਜਨ ਦਿੰਦਾ ਹੈ ਊਰਜਾ ਵਧਾਉਣ ਵਿੱਚ ਮਦਦ ਕਰਦਾ ਸੰਤੁਲਿਤ ਭੋਜਨ ਬੌਧਿਕ ਕਾਰਜਗਾਰੀ ਵਿੱਚ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਪੈਦਾ ਕਰਦਾ ਜਿਹੜਾ ਸੰਤੁਲਿਤ ਭੋਜਨ ਹੁੰਦਾ ਹੈ অপਸ਼ਨ ਨੰਬਰ ਸ ਸਾਰੇ ਸੋ অপਸ਼ਨ ਨੰਬਰ 4 ਸਹੀ ਹੈ ਜੀ ਉਪਰੋਕਤ ਸਾਰੀਆਂ ਜਿਹੜੀਆਂ ਆਪਸ਼ਨਾਂ ਨੇਗੀਆਂ ਉਹ ਸੰਤੁਲਿਤ ਭੋਜਨ ਦੇ ਅਕੋਰਡਿੰਗ ਠੀਕ ਨੇਗੀਆਂ ਊਰਜਾ ਦਿੰਦਾ ਭੋਜਨ ਸੰਤੁਲਿਤ ਭੋਜਨ ਬੌਧਿਕ ਜਿਹੜੀ ਇਹ ਬੁੱਧੀ ਵੀ ਹੈ ਜਿਹੜੀ ਉਹ ਵੀ ਵੱਧਦੀ ਹੈ ਸਰੀਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਨਾਲ ਲੜਨ ਦੀ ਜਿਹੜੀ ਯੋਗਤਾ ਹੈ ਸੰਤੁਲਿਤ ਭੋਜਨ ਤੋਂ ਪ੍ਰਾਪਤ ਹੁੰਦੀ ਹੈ 13 ਨੰਬਰ ਪ੍ਰਸ਼ਨ ਦੋਸਤੋ ਕਿਹੜੀ ਸਥਿਤੀ ਵਿੱਚ ਬੱਚੇ ਨੂੰ ਦੁੱਧ ਪਿਉਣਾ ਵਰਜਿਤ ਹੈ ਵਰਜਿਤ ਤੋਂ ਮਤਲਬ ਨਾ ਵਾਚਕ ਪ੍ਰਸ਼ਨ ਹੋ ਗਿਆ ਵੀ ਕਿਹੜੀ ਆਪਸ਼ਨ ਗਲਤ ਹੈ ਇਹਨਾਂ ਦੇ ਵਿੱਚੋਂ ਜੇ ਮਾਂ ਨੂੰ ਕੋਈ ਰੋਗ ਹੋਵੇ ਬੱਚਾ ਕਮਜ਼ੋਰ ਹੋਵੇ ਮਾਂ ਨੂੰ ਮధుమేਹ ਦੀ ਬਿਮਾਰੀ ਹੋਵੇ ਇੰਨਾ ਸਾਰੀਆਂ ਹਾਲਾਤਾਂ ਦੇ ਵਿੱਚ ਹਾਲਤਾਂ ਦੇ ਵਿੱਚ ਆਪਸ਼ਨ ਨੰਬਰ 4 ਸਹੀ ਹੈ ਜੀ ਸ ਉਪਰੋਕਤ ਸਾਰੀਆਂ ਜਿਹੜੀਆਂ ਆਪਸ਼ਨਾਂ ਨੇਗੀਆਂ ਇਹ ਸਾਰੀਆਂ ਆਪਸ਼ਨਾਂ ਦੇ ਵਿੱਚ ਬੱਚੇ ਨੂੰ ਦੁੱਧ ਨਹੀਂ ਪਿਉਣਾ ਚਾਹੀਦਾ ਮਾਂ ਨੂੰ ਜੇ ਕੋਈ ਬਿਮਾਰੀ ਹੋਵੇ ਦੇਖੋ ਫਿਰ ਵੀ ਨਹੀਂ ਪਿਉਣਾ ਚਾਹੀਦਾ ਬੱਚਾ ਕਮਜ਼ੋਰ ਹੋਵੇ ਤਾਂ ਉਹਦੀ ਮਤਲਬ ਜਿਵੇਂ ਆਪਾਂ ਡੱਬੇ ਚ ਪਾ ਦਿੰਦੇ ਆ ਬੱਚੇ ਨੂੰ ਕਹਿ ਦਿੰਦੇ ਆ ਉਦੋਂ ਫਿਰ ਉੱਥੇ ਮਤਲਬ ਉਹਦੀ ਸਾਂਭ ਸੰਭਾਲ ਉਦਾਂ ਕੀਤੀ ਜਾਂਦੀ ਹੈ ਸੋ ਮਾਂ ਨੂੰ ਬਿਮਾਰੀ ਹੋਵੇ ਸੋ ਇਸ ਕਰਕੇ 13 ਨੰਬਰ ਪ੍ਰਸ਼ਨ ਦਾ ਆਪਸ਼ਨ ਨੰਬਰ ਸ ਸਹੀ ਹੈ ਜੀ 14 ਨੰਬਰ ਪ੍ਰਸ਼ਨ ਦੋਸਤੋ ਪ੍ਰੋਟੀਨ ਕਿਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਲਈ ਔਰਤਾਂ ਲਈ ਆਦਮੀਆਂ ਲਈ ਜਾਂ ਬਜ਼ੁਰਗਾਂ ਲਈ ਸੋ ਪ੍ਰੋਟੀਨ ਆ ਜਿਹੜਾ ਉਹ ਆਪਸ਼ਨ ਨੰਬਰ ਆੜਾ ਸਹੀ ਹੈ ਜੀ ਔਰਤਾਂ ਲਈ ਵੱਧ ਜ਼ਰੂਰੀ ਹੈ ਪ੍ਰੋਟੀਨ 15 ਨੰਬਰ ਪ੍ਰਸ਼ਨ ਦੋਸਤੋ ਤੰਤੋ 6 ਸਾਲ ਦੇ ਬੱਚੇ ਨੂੰ ప్రతి ਦਿਨ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ 100 ग्राम ਦੀ 50 ग्राम 30 ग्राम ਜਾਂ 80 ग्राम ਸੋ ਜਿਹੜਾ 3 ਤੋਂ 6 ਸਾਲ ਦਾ ਬੱਚਾ ਜੀ ਛੋਟਾ ਬੱਚਾ ਹੈਗਾ ਉਹਨੂੰ ਪ੍ਰਤੀ ਦਿਨ ਪ੍ਰੋਟੀਨ ਦੀ ਕਿੰਨੀ ਲੋੜ ਪੈਂਦੀ ਹੈ ਸੋ ਆਪਸ਼ਨ ਨੰਬਰ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਇੱਕ ਬੱਚੇ ਦੀ ਉਮਰ ਕਿੰਨੀ ਮੰਨੀ ਗਈ ਹੈ ਬਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਜਿਹੜਾ ਆਪਣਾ ਅੰਤਰਰਾਸ਼ਟਰੀ ਕਾਨੂੰਨ ਹੈ ਉਹਦੇ ਅਨੁਸਾਰ ਬੱਚੇ ਦੀ ਉਮਰ ਕਿੰਨੀ ਮੰਨੀ ਗਈ ਹੈ 14 ਸਾਲ 16 ਸਾਲ 18 ਸਾਲ ਜਾਂ 10 ਸਾਲ ਸੋ ਦੋਸਤੋ ਇਹ ਮੰਨੀ ਗਈ ਹੈ ਜੀ 18 ਸਾਲ ਅਗਲਾ ਪ੍ਰਸ਼ਨ ਦੇਖਦੇ ਹਾਂ 2 ਨੰਬਰ ਪ੍ਰਸ਼ਨ ਭਾਰਤ ਵਿੱਚ ਬੱਚੇ ਦੀ ਉਮਰ ਵੱਧ ਤੋਂ ਵੱਧ ਉਮਰ ਕਿੰਨੀ ਮੰਨੀ ਗਈ ਹੈ ਜੀ ਸੋ ਦੋਸਤੋ ਅੰਤਰਰਾਸ਼ਟਰੀ ਕਿਰੂਨ ਸੀ ਉਹਦੇ ਵਿੱਚ 18 ਸਾਲ ਮੰਨੀ ਗਈ ਸੀ ਭਾਰਤ ਦੇ ਵਿੱਚ 20 ਸਾਲ 18 ਸਾਲ ਜਾਂ 14 ਸਾਲ ਜਾਂ ਸਾਰੇ ਸੋ ਦੋਸਤੋ ਇਹ 14 ਸਾਲ ਮੰਨੀ ਗਈ ਹੈ ਬੱਚੇ ਦੀ ਵੱਧ ਤੋਂ ਵੱਧ ਉਮਰ ਭਾਰਤ ਦੇ ਵਿੱਚ ਜੁਆਨ ਸੀ ਆਰ ਸੀ ਕਦੋਂ ਹੋਂਦ ਵਿੱਚ ਆਇਆ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ 2 ਨਵੰਬਰ 1999 ਨੂੰ 2 ਨਵੰਬਰ 1992 ਨੂੰ 14 ਅਗਸਤ 1959 ਨੂੰ ਜਾਂ ਕੋਈ ਨਹੀਂ ਸੋ ਦੋਸਤੋ UNCRC ਜਿਹੜਾ ਹੋਣਦ ਵਿੱਚ ਆਇਆ ਸੀ ਇਹ ਆਇਆ ਸੀ 2 ਨਵੰਬਰ 1999 ਨੂੰ UNCRC ਦੀ ਜਿਹੜੀ ਫੁੱਲ ਫਾਰਮ ਹੈ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਦਾ ਰਾਈਟ ਆਫ ਦਾ ਚਾਈਲਡ ਫੁੱਲ ਫਾਰਮ ਆਪਾਂ ਇਹਦੀ ਨੋਟ ਕਰਾ ਦਿੰਦੇ ਆ ਤੁਹਾਨੂੰ UN C ਜਿਹੜੀ आरसी ਇਹਦੀ ਜਿਹੜੀ ਫੁੱਲ ਫਾਰਮ ਹੈ ਦੋਸਤੋ ਉਹ ਹੈਗੀ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਦਾ ਰਾਈਟ ਆਫ ਦਾ ਚਾਈਲਡ ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਸੀ ਇਹ ਪ੍ਰਸ਼ਨ ਨੰਬਰ 4 ਦੇਖਦੇ ਆਂ ਭਾਰਤ ਵਿੱਚ 18 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਬੱਚਿਆਂ ਦੇ ਕਿੰਨੇ ਪ੍ਰਤੀਸ਼ਤ ਆਵਾਦੀ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਜਿਹੜਾ ਭਾਰਤ ਆ ਉਹਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹ ਕਿੰਨੇ ਪਰਸੈਂਟ ਨੇ ਜਿਹਨੇ ਕਿੰਨੀ ਪ੍ਰਤੀਸ਼ਤ ਉਹਨਾਂ ਦੀ ਆਬਾਦੀ ਹੈ 20% 14% 30% 37% ਸੋ ਦੋਸਤੋ ਇਹ ਹੈ ਜੀ ਆਪਸ਼ਨ ਨੰਬਰ ਸ ਸਹੀ ਹੈ 37% ਹੈ ਜੀ ਇਹ ਆਬਾਦੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ 5 ਨੰਬਰ ਪ੍ਰਸ਼ਨ ਦੇਖਦੇ ਹਾਂ ਭਾਰਤ ਵਿੱਚ ਚਾਈਲਡ ਲੇਬਰ ਪ੍ਰਹਿਬੀਸ਼ਨ ਐਂਡ ਰੈਗੂਲੇਸ਼ਨ ਐਕਟ ਕਦੋਂ ਬਣਿਆ ਜੀ 1920 ਨੂੰ 1940 ਨੂੰ 66 ਨੂੰ 1986 ਨੂੰ ਸੋ ਦੋਸਤੋ ਇਹ 1986 ਦੇ ਵਿੱਚ ਬਣਿਆ ਸੀ ਲੇਬਰ ਐਕਟ ਜੀ ਚਾਈਲਡ ਲੇਬਰ ਐਕਟ ਮਾਈਨ ਐਕਟ 1952 ਆਹੀਂ ਕਿੰਨੇ ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ 14 ਸਾਲ ਤੋਂ ਘੱਟ 18 ਸਾਲ ਤੋਂ ਘੱਟ 21 ਸਾਲ ਤੋਂ ਘੱਟ ਜਾਂ ਸਾਰੇ ਸੋ ਇਹ ਜੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਜਿਹੜੀ ਇਹ ਹੈ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ ਮਾਈਨ ਐਕਟ ਦੇ ਅਧੀਨ ਐਕਟ ਵੀ ਅਲੱਗ-ਅਲੱਗ ਨੇ ਦੋਸਤੋ ਇਹ ਯਾਦ ਰੱਖਣਾ 7 ਨੰਬਰ ਪ੍ਰਸ਼ਨ ਦੇਖਦੇ ਆ ਫੈਕਟਰੀ ਐਕਟ ਕਦੋਂ ਬਣਿਆ ਦੋਸਤੋ ਫੈਕਟਰੀ ਐਟ 1950 1952 1948 ਜਾਂ 1956 ਦੇ ਵਿੱਚ ਸੋ ਦੋਸਤੋ ਇਹ ਬਣਿਆ ਸੀਗਾ ਜੀ 1948 ਦੇ ਵਿੱਚ ਫੈਕਟਰੀ ਐਕਟ ਹੈ ਜਿਹੜਾ ਆਪਣਾ 1948 ਦੇ ਵਿੱਚ ਬਣਿਆ ਦੋਸਤੋ ਦੇਖਦੇ ਆਂ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 8 ਸੰਵਿਧਾਨ ਦੀ ਧਾਰਾ 21A ਕਿਸ ਨਾਲ ਕਿਸ ਬਾਰੇ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਸੰਵਿਧਾਨ ਦੀ ਜਿਹੜੀ ਧਾਰਾ 21A ਹੈ ਉਹ ਰਾਈਟ ਟੂ ਚਿਲड्रन ਰਾਈਟ ਟੂ ਡਿਵੈਲਪਮੈਂਟ ਰਾਈਟ ਟੂ ਲੈਂਡ ਰਿਫਾਰਮ ਰਾਈਟ ਟੂ ਐਜੂਕੇਸ਼ਨ ਸੋ ਇਹ ਰਾਈਟ ਟੂ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ ਜੀ ਧਾਰਾ 21A ਸੰਵਿਧਾਨ ਦੇ ਵਿੱਚ ਹੈ ਜੋ ਬਹੁਤ ਵਾਰ ਪ੍ਰਸ਼ਨ ਪੁੱਛਿਆ ਗਿਆ ਹੈ ਇਹ ਪੇਪਰਾਂ ਦੇ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਦਾ ਆਰਟੀਕਲ 21 A ਕਦੋਂ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ 2002 ਚ 2001 ਚ 2003 ਜਾਂ 2004 ਸੋ so, ਇਹ 2002 ਦੇ ਵਿੱਚ 86ਵੀਂ ਸੋਧ ਦੇ ਰਾਹੀਂ ਕੀਤਾ ਗਿਆ ਸੀਗਾ ਜੀ 86ਵੀਂ ਸੋਧ ਕੀਤੀ ਸੀ ਸੰਵਿਧਾਨ ਦੇ ਵਿੱਚ 2002 ਦੇ ਵਿੱਚ ਉਦੋਂ 21 A ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਪ੍ਰਸ਼ਨ ਨੰਬਰ 10 12 ਜੂਨ ਨੂੰ ILO ਦੁਆਰਾ ਕਿਹੜਾ ਦਿਨ ਮਨਾਇਆ ਜਾਂਦਾ ਹੈ ਵੈਰੀ ਇੰਪੋਰਟੈਂਟ ਦੇ ਪ੍ਰਸ਼ਨ ਹੈ ਜੀ ਯੋਗਾ ਡੇ वर्ल्ड डे ਫੇਵਰ ਆਫ ਚਾਈਲਡ ਲੇਬਰ वर्ल्ड डे ਅਗੇਂਸਟ ਚਾਈਲਡ ਲੇਬਰ ਨਨ ਆਫ ਥੀਸ ਸੋ ਆਪਸ਼ਨ ਨੰਬਰ ਈਡੀ ਸਹੀ ਹੈ ਜੀ ILO ਦੁਆਰਾ ਜਿਹੜਾ ਦਿਨ ਮਨਾਇਆ ਜਾਂਦਾ ਹੈ 12 ਜੂਨ ਨੂੰ ਉਹ वर्ल्ड डे ਅਗੇਂਸਟ ਚਾਈਲਡ ਲੇਬਰ ਦੇ ਨਾਲ ਸੰਬੰਧਿਤ ਹੁੰਦਾ ਹੈ ILO ਦੀ ਜਿਹੜੀ ਫੁੱਲ ਫਾਰਮ ਹੈ ਜੀ ਦੇਖ ਲਓ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਿਹੜੀ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਹੈ ਉਹਦੇ ਵੱਲੋਂ ਇਹ 12 ਜੂਨ ਦਾ ਦਿਨ ਮਨਾਇਆ ਜਾਂਦਾ ਹੈਗਾ ਵੀ ਜਿਹੜਾ ਛੋਟੇ ਬੱਚਿਆਂ ਤੋਂ ਕੰਮ ਕਰਾਉਣ ਦੀ ਵਿਰੁੱਧ ਇਹ ਦਿਨ ਮਨਾਇਆ ਜਾਂਦਾ ਜੀ ਵੈਰੀ ਇੰਪੋਰਟੈਂਟ ਪ੍ਰਸ਼ਨ ਸੀ 10 ਨੰਬਰ 11 ਨੰਬਰ ਪ੍ਰਸ਼ਨ ਦੇਖਦੇ ਆ ਪੈਨਸਲ ਡਿਜੀਟਲ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਪੈਨਸਲ ਡਿਜੀਟਲ ਪ੍ਰੋਗਰਾਮ ਹੈ ਜਿਹੜਾ ਜੀ ਉਹ 27 ਸਤੰਬਰ 2017 27 ਅਗਸਤ 2017 27 ਨਵੰਬਰ 2017 14 ਨਵੰਬਰ 2017 ਜੋ ਪੈਂਸਲ ਡਿਜੀਟਲ ਪ੍ਰੋਗਰਾਮ ਹੈ ਜੀ ਇਹ 27 ਸਤੰਬਰ 2017 ਨੂੰ ਸ਼ੁਰੂ ਕੀਤਾ ਗਿਆ ਸੀ ਪੈਂਸਲ ਦੀ ਫੁੱਲ ਫਾਰਮ ਦੇਖਦੇ ਆਪਾਂ ਦੋਸਤੋ ਪਲੇਟਫਾਰਮ ਫਾਰ ਇਲੈਕਟਿਵ ਇਨਫੋਰਸਮੈਂਟ ਫਾਰ 노 ਚਾਈਲਡ ਲੇਬਰ ਸੋ ਪੈਂਸਲ অতি ਮਹੱਤਵਪੂਰਨ ਪ੍ਰਸ਼ਨ ਸੀਗਾ ਇਹ ਪ੍ਰਸ਼ਨ ਨੰਬਰ 12 ਦੇਖਦੇ ਆ ਦੋਸਤੋ ਬੱਚਿਆਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਪੇਸ ਗਲੋਬਲ ਚਾਈਲਡਹੂਡ ਰਿਪੋਰਟ ਅਨੁਸਾਰ ਭਾਰਤ 176 ਦੇਸ਼ਾਂ ਦੀ ਸੂਚੀ ਵਿੱਚ ਕਿੰਨੇਵੇਂ ਸਥਾਨ ਤੇ ਖੜਾ ਹੈ 112 113 114 ਜਾਂ 115ਵੇਂ ਸਥਾਨ ਤੇ ਸੋ ਇਹ 113ਵੇਂ ਸਥਾਨ ਤੇ ਹੈ ਜੀ ਪੇਸ ਗਲੋਬਲ ਚਾਈਲਡਹੂਡ ਰਿਪੋਰਟ ਦੀ ਜਿਹੜੀ ਰਿਪੋਰਟ ਆ ਉਹਦੇ ਅਨੁਸਾਰ 176 ਦੇਸ਼ਾਂ ਦੀ ਸੂਚੀ ਦੇ ਵਿੱਚੋਂ ਭਾਰਤ 113ਵੇਂ ਸਥਾਨ ਤੇ ਹੈ ਬੱਚਿਆਂ ਨੂੰ ਬਿਹਤਰ ਦੀਨ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਅੰਗਣਵਾੜੀ 3 ਤੋਂ 6 ਸਾਲ ਦੇ ਬੱਚਿਆਂ ਲਈ ਖੋਲੇ ਜਾਣਗੇ ਇਹ ਆਰਟੀਈ ਦੀ ਕਿਹੜੀ ਧਾਰਾ ਦੇ ਵਿੱਚ ਦਰਜ ਹੈ ਜਿਹੜਾ ਰਾਈਟ ਟੂ ਐਜੂਕੇਸ਼ਨ ਬਣਿਆ ਜੀ ਉਹਦੀ ਜਿਹੜੀ ਕਿਹੜੀ ਧਾਰਾ ਵੀ ਜਿਹੜੀ ਕਹਿੰਦੀ ਆ ਵੀ ਅੰਗਣਵਾੜੀ 3 ਤੋਂ 6 ਸਾਲ ਦੇ ਬੱਚਿਆਂ ਲਈ ਖੋਲੇ ਜਾਣਗੇ 10ਵੀਂ ਧਾਰਾ ਚ 15 9 ਜਾਂ 11 ਇਹ 11ਵੀਂ ਧਾਰਾ ਦੇ ਵਿੱਚ ਹੈ ਜੀ ਆਰਟੀ ਐਕਟ ਦੀ 11ਵੀਂ ਧਾਰਾ ਦੇ ਵਿੱਚ ਲਿਖਿਆ ਵੀ ਅੰਗਣਵਾੜੀ ਜਿਹੜੇ ਨੇ 3 ਤੋਂ 6 ਸਾਲ ਦੇ ਬੱਚਿਆਂ ਲਈ ਖੋਲੇ ਜਾਣਗੇ 14 ਨੰਬਰ ਪ੍ਰਸ਼ਨ ਦੇਖਦੇ ਆ आरटी एक्ट 2009 ਸਭ ਤੋਂ ਪਹਿਲਾਂ ਕਿਹੜੇ ਸਦਨ ਵਿੱਚ ਪੇਸ਼ ਕੀਤਾ ਗਿਆ ਜੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬਹੁਤ ਵਾਰੀ ਪੁੱਛਿਆ ਗਿਆ ਕਿਉਂਕਿ ਆਰਟੀ ਐਕਟ ਦੇ ਨਾਲ ਸੰਬੰਧਿਤ ਹਰ ਪੇਪਰ 'ਚ ਇੱਕ ਦੋ ਪ੍ਰਸ਼ਨ ਪੁੱਛੇ ਜਾਂਦੇ ਆ ਤਾਂ ਆਰਟੀ ਐਕਟ ਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਬਣਦੇ ਨੇ ਲਗਭਗ ਉਹ ਸਾਰੇ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਸੋ ਇਹ ਪ੍ਰਸ਼ਨ ਹੈਗਾ ਲੋਕ ਸਭਾ ਵਿੱਚ ਪੁੱਛਿਆ ਗਿਆ ਪਹਿਲੇ ਸਦਨ ਚ ਪੇਸ਼ ਕੀਤਾ ਗਿਆ ਮਤਲਬ ਲੋਕ ਸਭਾ ਚ ਰਾਸ਼ਟਰਪਤੀ ਅੱਗੇ ਵਿਧਾਨ ਸਭਾ ਵਿੱਚ ਰਾਜ ਸਭਾ ਵਿੱਚ ਸੋ ਆਰਟੀ ਐਕਟ 2009 ਸਭ ਤੋਂ ਪਹਿਲਾਂ ਜੀ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪ੍ਰਸ਼ਨ ਨੰਬਰ 15 ਦੇਖਦੇ ਹਾਂ ਕਿਸ ਤਰ੍ਹਾਂ ਦੇ ਪਾਠ ਕਰਮ ਵਿੱਚ ਇੱਕ ਬੱਚਾ ਤੇ ਬੱਚਿਆਂ ਦਾ ਸਮੂਹ ਕਿਸੇ ਇੱਕ ਵਿਸ਼ੇ ਦਾ ਡੰਗਾਈ ਨਾਲ ਅਧਿਐਨ ਕਰਦਾ ਐਕਟੀਵਿਟੀ ਆਧਾਰਿਤ ਖੇਡਾਂ ਰਾਹੀਂ ਪ੍ਰੋਜੈਕਟ ਆਧਾਰਿਤ ਜਾਂ ਸਾਰੇ ਸੋ ਇਹ ਪ੍ਰੋਜੈਕਟ ਆਧਾਰਿਤ ਹੈ ਜੀ ਪ੍ਰਸ਼ਨ ਨੰਬਰ 16 ਬਾਲ ਲੇਬਰ ਦੀ ਰੋਕਥਾਮ ਦਾ ਅਰਥ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਟਾਬੇ ਤੇ ਕੰਮ ਕਰਨ ਦੀ ਪਾਬੰਦੀ ਲਗਾਈ ਗਈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਰੈਸਟੋਰੈਂਟ ਵਿੱਚ ਕੰਮ ਕਰਨ ਤੇ ਪਾਬੰਦੀ ਲਗਾਈ ਗਈ 15 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਚਾਹ ਦੀ ਦੁਕਾਨ ਤੇ ਕੰਮ ਕਰਨ ਤੇ ਪਾਬੰਦੀ ਲਾਈ ਗਈ ਇਹ ਸਾਰੇ ਸੋ ਆਪਸ਼ਨ ਨੰਬਰ ਸ ਜਿਹੜਾ ਇਹ ਪ੍ਰਸ਼ਨ ਦੇ ਮੁਤਾਬਕ ਸਹੀ ਹੈ ਜੀ ਬਾਲ ਲੇਬਰ ਦੀ ਰੋਕਥਾਮ ਦਾ ਅਰਥ ਇਹ ਸਾਰੇ ਹੈਗਾ ਜਿਹੜੀ ਬਾਲ ਬੱਚਿਆਂ ਤੋਂ ਜਿਹੜੀ ਆਪਾਂ ਕੰਮ ਕਰਵਾਉਨੇ ਆ ਮਜ਼ਦੂਰੀ ਕਰਵਾਉਨੇ ਆ ਉਹਦੀ ਰੋਕ ਥਾਮ ਦਾ ਅਰਥ ਜਿਹੜਾ ਆਪਸ਼ਨ ਨੰਬਰ ਸ ਸਹੀ ਹੈ ਪ੍ਰਸ਼ਨ ਨੰਬਰ 17 ਦੇਖਦੇ ਆ ਜੀ ਸੀਆਰਸੀ ਦਾ ਕਿਹੜਾ ਐਕਟ ਬੱਚਿਆਂ ਨੂੰ ਪਛਾਣ ਅਤੇ ਕੌਮੀਅਤ ਪ੍ਰਦਾਨ ਕਰਦਾ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਸੁਰੱਖਿਆ ਦਾ ਅਧਿਕਾਰ ਹੈ ਜਿਹੜਾ ਉਹ ਕਰਦਾ ਜੀ ਇਹਨਾਂ ਨੂੰ ਕੌਮੀਅਤ ਜਾਂ ਪਛਾਣ ਪ੍ਰਦਾਨ ਵਿਕਾਸ ਦਾ ਅਧਿਕਾਰ ਰੋਜੀ ਰੋਟੀ ਜਾਂ ਬਚਾ ਦਾ ਅਧਿਕਾਰ ਬੱਚਿਆਂ ਦੇ ਅਧਿਕਾਰ ਸੋ ਇਹ ਆ ਜੀ অপਸ਼ਨ ਨੰਬਰ ਈ ਡੀ ਰੋਜੀ ਰੋਟੀ ਜਾਂ ਬਚਾਅ ਦਾ ਅਧਿਕਾਰ ਜਿਹੜਾ CRC ਦਾ ਐਕਟ ਹੈ ਉਹ ਬੱਚਿਆਂ ਨੂੰ ਪਛਾਣ ਅਤੇ ਕੌਮਿਕਤ ਪ੍ਰਦਾਨ ਕਰਦਾ ਜੀ ਰੋਜੀ ਰੋਟੀ ਜਾਂ ਬੱਚਿਆਂ ਦਾ ਅਧਿਕਾਰ ਪ੍ਰਸ਼ਨ ਨੰਬਰ 18 ਸੰਯੁਕਤ ਰਾਸ਼ਟਰ ਮਹਾਸਭਾ ਨੇ ਕਿਹੜੇ ਸਾਲ ਬੱਚਿਆਂ ਦੇ ਅਧਿਕਾਰਾਂ ਦੀ ਕੋਸ਼ਿਸ਼ ਨਾ ਕੀਤੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ 1959 ਚ 1952 ਚ 1957 ਚ ਜਾਂ 1974 ਦੇ ਵਿੱਚ ਇਹ ਕੀਤੀ ਸੀ ਜੀ 1959 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਕਿਹੜੇ ਸਾਲ ਬੱਚਿਆਂ ਦੇ ਅਧਿਕਾਰਾਂ ਦੀ ਘੋਸ਼ਣਾ ਕੀਤੀ ਸੋ ਸੰਯੁਕਤ ਰਾਸ਼ਟਰ ਸੰਗ ਨੇ ਮੰਨਿਆ ਸੀ ਜੀ 1959 ਦੇ ਵਿੱਚ ਵੀ ਬੱਚਿਆਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਕਰਨੀ ਬਣਦੀ ਹੈ ਸੋ ਉੱਥੇ ਬਿਲਪਾਸ ਹੋਇਆ ਸੀ ਇਹ 1959 ਦੇ ਵਿੱਚ ਸੰਯੁਕਤ ਰਾਸ਼ਟਰ ਰਾਸ਼ਟਰ ਸੰਗ ਨੇ ਮੰਨ ਲਿਆ ਸੀ 1959 ਚ ਅਗਲਾ ਪ੍ਰਸ਼ਨ ਦੇਖਦੇ ਹਾਂ ਪੋਕਸੋ ਐਕਟ ਬੱਚਿਆਂ ਦੇ ਵਿਰੁੱਧ ਬਚਾ ਕਰਦਾ ਹੈ ਸੋ ਦੋਸਤੋ ਇਹ ਪ੍ਰਸ਼ਨ ਤੁਹਾਡੇ ਲਈ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਇਸ ਦਾ ਉੱਤਰ ਪੋਕਸੋ ਐਕਟ ਬੱਚਿਆਂ ਦੇ ਵਿਰੁੱਧ ਬਚਾ ਕਰਦਾ ਹੈ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆਨਸਰ ਹੋਵੇਗਾ ਅਗਲਾ ਦੇਖਦੇ ਆਪਾਂ ਸੋ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਪ੍ਰਸ਼ਨ ਨੰਬਰ ਬੀ ਟਾਈਪ ਕਰਨ ਤੋਂ ਰਹਿ ਗਿਆ ਸੋ ਸੌਰੀ ਸੋ ਦੋਸਤੋ ਇਹਦੇ ਵਿੱਚ ਮੇਰੇ ਵੱਲੋਂ ਪ੍ਰਸ਼ਨ ਇੱਕ ਹੋਰ ਪੇਸ਼ ਕੀਤਾ ਜਾਂਦਾ ਹੈ ਜਿਹੜਾ ਪੌਕਸੋ ਐਕਟ ਹੈ ਉਹਦੇ ਵਿੱਚ ਕਿੰਨੀਆਂ ਧਰਾਵਾਂ ਨੇ ਜੀ ਇਹ ਤੁਸੀਂ ਦੱਸਣਾ ਹੈ ਪੌਕਸੋ ਐਕਟ ਦੇ ਵਿੱਚ ਕਿੰਨੀਆਂ ਧਰਾਵਾਂ ਨੇ ਤੇ ਕਿੰਨੇ ਚੈਪਟਰ ਨੇ ਕਿੰਨੀਆਂ ਧਰਾਵਾਂ ਚੈਪਟਰ ਇਹ ਦੋਨੋਂ ਦੱਸਣਾ ਜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਤਿੰਨ ਪ੍ਰਸ਼ਨ ਹੋਗੇ ਤਿੰਨੇ ਪਾਕਸ ਵੈਕਟਰ ਦੇ ਨਾਲ ਸੰਬੰਧਤ ਹੈ ਤੇ ਪਾਕਸੋਰਡ ਵਧੀਆ ਤਰੀਕੇ ਨਾਲ ਆਪਾਂ ਕਰਵਾ ਚੁੱਕੇ ਹਾਂ ਇਹ ਦੱਸਣਾ ਤੁਸੀਂ ਸਾਰਿਆਂ ਨੇ ਤਿੰਨੇ ਪ੍ਰਸ਼ਨਾਂ ਦਾ ਉੱਤਰ ਸੋ ਦੋਸਤੋ ਇਹ ਸਨ ਅੱਜ ਦੀ ਵੀਡੀਓ ਦੇ ਅਤਿ ਮਹੱਤਵਪੂਰਨ ਪ੍ਰਸ਼ਨ ਜੋ ਚਾਈਲਡ ਰਾਈਟਸ ਦੇ ਨਾਲ ਸੰਬੰਧਤ ਸੀਗੇ ਚਾਈਲਡ ਰਾਈਟਸ ਦਾ ਜਿਹੜਾ ਚੈਪਟਰ ਤੁਹਾਡੇ ਸਿਲੇਬਸ ਦੇ ਵਿੱਚ ਆ ਉਹਦੇ ਪਰ ਲਗਭਗ ਵਧੀਆ ਤਰੀਕੇ ਨਾਲ ਵੈਰੀ ਇੰਪੋਰਟੈਂਟ ਐਮਸੀਕਿਊ ਤੁਹਾਨੂੰ ਕਰਵਾ ਚੁੱਕੇ ਹਾਂ ਸੋ ਦੋਸਤੋ ਇਸੇ ਲੜੀ ਤਹਿਤ ਆਪਾਂ ਚਾਈਲਡ ਡਿਵੈਲਪਮੈਂਟ ਦੀਆਂ ਜਿਹੜੀਆਂ ਕੋਈ ਕੁਝ ਥਿਓਰੀ ਜੀਆਂ ਥਿਓਰੀਆਂ ਨੇਗੀਆਂ ਮਹਾਨ ਮਨੋਵਿਗਿਆਨੀ ਹੋਏ ਨੇ ਜੀਨ ਪਿਆਜੇ ਕੋਲਬਰਗ ਵਾਈਗੋਸਕੀ ਉਹਨਾਂ ਦੇ ਜਿਹੜੇ ਸਿਧਾਂਤ ਸੀ ਕੁਝ ਪ੍ਰਸ਼ਨ ਆਪਾਂ ਉਹਨਾਂ ਦੇ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ